ਇੱਥੋਂ ਜੀ ਕੰਟਰੀ ਸਾਈਡ ਤੁਸੀਂ ਆ ਕੇ ਤੇ ਗ੍ਰੀਨ ਹਾਊਸ DJS ਗ੍ਰੀਨ ਹਾਊਸ ਸਰਚ ਕਰ ਸਕਦੇ ਤੇ ਇੱਥੋਂ ਤੁਸੀਂ ਸਾਰੀ ਆਪਦੀ ਵੈਜੀਟੇਬਲਸ ਫਰੂਟਸ ਵਗੈਰਾ ਗਰੋਸਰੀ ਕਰ ਸਕਦੇ ਹੋ ਫਲਾਵਰ ਸੇਬਾਂ ਦੇ ਬਾਗ ਹਾਂਜੀ ਇਹਦੇ ਵਿੱਚ ਆਹ ਬਾਗ ਦੇ ਵਿੱਚ ਨਾ ਥੋੜ੍ਹੇ ਛੋਟੇ ਐਪਲ ਇਹ ਟੇਸਟੀ ਜ਼ਿਆਦਾ ਨੇ ਥੋੜ੍ਹਾ ਜਿਹਾ ਡਿਫਰੈਂਟ ਵਰਾਇਟੀ ਆ ਅਤੇ ਬਾਗਾਂ ਦੀ ਸੈਰ ਆਏ ਹਾਏ ਹਾਏ ਯਾਰ ਬਾਗ ਦੇ ਵਿੱਚ ਸੱਚੀ ਨਾ ਮੈਨੂੰ ਤਾਂ ਜੰਨਤ ਲੱਗਦੀ ਹੈ ਬਾਗ ਦੇ ਵਿੱਚ ਜੰਨਤ ਵੱਸਦੀ ਹੈ ਕਿਉਂਕਿ ਸਾਡਾ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਖੁਦ ਦਾ ਬਾਗ ਸੀਗਾ ਬਾਗ ਅਮਰੂਦਾਂ ਦਾ ਬਾਗ ਸੀਗਾ ਜਾਮਨੂ ਸੀ ਵਿੱਚ ਅਤੇ ਹੋਰ ਦੋ ਲੀਚੀਆਂ ਜਾਂ ਹੋਰ ਦੋ ਚਾਰ ਵਰਾਇਟੀਆਂ ਹੈਗੀਆਂ ਸੀ ਅਤੇ ਨਿੱਕੇ ਹੁੰਦੇ ਨੂੰ ਬੜਾ ਵਧੀਆ ਬਾਗ ਦੇ ਵਿੱਚ ਲੱਗਦਾ ਸੀ ਜਿਹੜਾ ਚੰਗਾ ਆਪਣੇ ਅਮਰੂਦ ਹੁੰਦਾ ਸੀ ਤੋੜ ਕੇ ਖਾ ਲਈਦਾ ਸੀ ਅਤੇ ਅੱਜ ਉਵੇਂ ਦਾ ਫੀਲ ਆਇਆ ਇੱਕ ਨਿੱਕਾ ਜਿਹਾ ਮਤਲਬ ਜਿਵੇਂ ਬੱਚਾ ਨਹੀਂ ਫਿਰ ਬਾਗ ਦੇ ਵਿੱਚ ਆ ਜਾਂਦਾ ਯਾਰ ਸੱਚੀ ਅਤੇ ਰੂਹ ਖੁਸ਼ ਹੋ ਗਈ ਯਾਰ ਹੋਰ ਮੈਂ ਦੱਸੋ ਤੁਹਾਨੂੰ ਕੀ ਕਹਾਂ ਕੁਦਰਤ ਇਹਨੂੰ ਤਾਂ ਕੁਦਰਤ ਕਹਿੰਦੇ ਯਾਰ ਹੈਂ ਰਸੇ ਪਏ ਆ ਸੱਚੀ ਯਾਰ ਅੱਜ ਦਾ ਦਿਨ ਨਾ ਸਕਸੈਸਫੁਲ ਹੋ ਗਿਆ ਆਪਣੇ ਹਾਂ ਬਾਗ ਵੀ ਯਾਰ ਮੈਂ ਦੇਖੇ ਨਹੀਂ ਮੈਂ ਗਿਆ ਨਹੀਂ ਗਾ ਸ਼ਿਮਲੇ ਵਾਲੀ ਸਾਈਡ ਉੱਧਰ ਹਿਮਾਚਲ 'ਚ ਕਾਫੀ ਬਾਗ ਵਗੈਰਾ ਐਪਲ ਦੇ ਬਟ ਹੁਣ ਮੈਂ ਦੋ ਚਾਰ ਵੀਡੀਓ ਵੇਖੀਆਂ ਸੀ ਕਹਿੰਦੇ ਵੀ ਪੰਜਾਬ ਦੇ ਵਿੱਚ ਵੀ ਇਹ ਕੰਮ ਵਗੈਰਾ ਸ਼ੁਰੂ ਕਰਦੇ ਪਏ ਆ ਇੱਕ ਦੋ ਮੈਂ ਅਤੇ ਚਲੋ ਚੰਗੀ ਗੱਲ ਜੇ ਹੋ ਸਕਦੇ ਆ ਕਹਿੰਦੇ ਹੋ ਸਕਦੇ ਹੋਣ ਨੂੰ ਕਿਉਂ ਨਹੀਂ ਹੋ ਸਕਦੇ ਬਟ ਉਹਦੀ ਕੇਅਰਿੰਗ ਜ਼ਿਆਦਾ ਹੁੰਦੀ ਹੈ ਅਤੇ ਹੌਲੀ ਹੌਲੀ ਆਪਾਂ ਨੂੰ ਸਾਰਿਆਂ ਨੂੰ ਇਸ ਬੰਨੇ ਹੋਣਾ ਪਊਗਾ ਕਿਉਂਕਿ ਜੇ ਜਿੰਨੇ ਬਾਹਰ ਗਏ ਨੇ ਅਤੇ ਆਪਣੇ ਘਰਦਿਆਂ ਨੂੰ ਵੀ ਸਪੋਰਟ ਕਰਨ ਬਾਗ ਵਗੈਰਾ ਲਾਉਣ ਝੋਨੇ ਦੇ ਫਸਲੀ ਚੱਕਰ 'ਚੋਂ ਕੱਢਣ ਤਾਂ ਬੜਾ ਵਧੀਆ ਕੰਮ ਹੈ ਯਾਰ ਬਾਗ ਦੀਆਂ ਜ਼ਰੂਰੀ ਨਹੀਂ ਇੱਕੋ ਕਿੰਨੂ ਹੀ ਲਾਈ ਜਾਣਾ ਹੋਰ ਵੀ ਬਥੇਰੀਆਂ ਵਰਾਇਟੀਆਂ ਨੇ ਉਹ ਲਾਓ ਅਤੇ ਇੱਕ ਪਿੱਛੇ ਹੀ ਆਪਣੇ ਉਹ ਪੰਜਾਬੀ ਇੱਕ ਕੰਮ ਪਿੱਛੇ ਪੈ ਜਾਂਦੇ ਨੇ ਮੈਂ ਕਹਿੰਦਾ ਵੀ ਚਲੋ ਡਿਫਰੈਂਟ ਥੋੜ੍ਹਾ ਥੋੜ੍ਹਾ ਤੁਸੀਂ ਐਕਸਪੀਰੀਮੈਂਟ ਹੀ ਕਰਕੇ ਵੇਖ ਲਓ ਮਤਲਬ ਇੱਕ ਕਿੱਲਾ ਲਾ ਲਓ ਉਹਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਲੀਚੀ ਵਗੈਰਾ ਜਾਮਨੂ ਦਾ ਚੰਗਾ ਦੱਸੀ ਜਾਂਦੇ ਆ ਕੰਮ ਪੀ ਉਹ ਚੰਗਾ ਬੈਨੀਫਿਟ ਹੋ ਜਾਂਦਾ ਅਤੇ ਇਹ ਯਾਰ ਗ੍ਰੀਨ ਐਪਲ ਆ ਵੀ ਤੋੜ ਕੇ ਲੈ ਕੇ ਜਾਣੇ ਆ ਬਾਕੀ ਸਭ ਤੋਂ ਵੱਡੀ ਗੱਲ ਇਹ ਯਾਰ ਮਤਲਬ ਸਾਡੀ ਗਰੋਸਰੀ ਹੁੰਦੀ ਆ ਅਤੇ ਸਭ ਤੋਂ ਜ਼ਿਆਦਾ ਐਪਲ ਦੀ ਮਤਲਬ ਵਿੱਚ ਆਉਂਦਾ ਵੀ ਐਪਲ ਬੜਾ ਕੋਸਟਲੀ ਹੋ ਜਾਂਦਾ ਬਟ ਐਪਲ ਸਿਹਤ ਲਈ ਸਭ ਤੋਂ ਵਧੀਆ ਅਤੇ ਇੱਥੇ ਬਿਲਕੁਲ ਸਸਤੇ ਕਿਫਾਇਤੀ ਠੀਕ ਆ ਅਤੇ ਹੋਰ ਤੁਹਾਨੂੰ ਹੁਣ ਸਬਜ਼ੀਆਂ ਵੀ ਤੋੜਦੇ ਆਪਾਂ ਸਾਰਾ ਕੁਝ ਇਕੱਠਾ ਮਿਲ ਜਾਂਦਾ ਇੱਥੇ ਅਤੇ ਬਾਕੀ ਆਪਾਂ ਜਿਵੇਂ ਜਿਵੇਂ ਹੁਣ ਘੁੰਮਦੇ ਜਾਵਾਂਗੇ ਆਪਾਂ ਤੁਹਾਨੂੰ ਦਰਸ਼ਨ ਕਰਾਈ ਜਾਵਾਂਗੇ ਇਹ ਅੱਗੇ ਸਾਰਾ ਇਹ ਸਾਰਾ ਗ੍ਰੀਨ ਐਪਲ ਦਾ ਬਾਗ ਆ ਜਾਂਦਾ ਅੱਗੇ ਗ੍ਰੀਨ ਐਪਲ ਇਹ ਜੂਸੀ ਬਹੁਤ ਹੁੰਦੇ ਨੇ ਹਾਂਜੀ ਇਹਨੂੰ ਕਹਿੰਦੇ ਫਾਰਮਿੰਗ ਫੁੱਲਾਂ ਦੀ ਖੇਤੀ
फुलां दी खेती है जी। काफी लोग परचेस करना आते ने जिंद को टाइम हैगा यार, जिमें कोई जिन्हें आपदे छुट्टी का दिन वधिया कुछ परचेस करके लियांदे ने, इंजॉयमेंट करते ने नेचर का। ये केड़ा फुल है, रिसर्च करनी पैनी है जाके, ये लिखा हुआ जा है। अच्छा आप फुलां की खेती विखाने कित्थे हो रही है फुलां की खेती। हाँ जी, कंट्री साइड एक बने बाग है, कोई ट्रैफिक नहीं हैगा, तो दूजे पासे बहुत सोहना घर बनया हुआ वड्डा यार, नज़ारा आ जाता एवें दा घर है। ब्रह्मटन दे विच चलो होर हैगा बट तुसीं इह वेखो कि जे बंदे नूं थोड़ा हैल्दी लाइफ चाहीदी है ता जिहड़ा खेतीबाड़ी कर सकदा, सो वधिया आपदा इवें दा कर पाके बैठो तुसीं, नज़ारे लो कुदरत दे, सेबां दे बागां दे विच खेती नाल। हाँ खेती भी मक्की है सामने यार, उधर सेब दा बाग लग्या होया नाल साग लग्या होया ते बाकी फ्लावर्स दी खेती हो रही है, सो ट्रैफिक है नहीं गा, कुदरत दे नज़ारे लो। सो बजुर्ग अपने साग खाणो, उन्होंने तो साग खाना ही यार, वो साग खाना किवें छड्ड दें। तो स्पैशल मेरे वेंदिया हो गया, इन्हां नूं अद्धा घंटा लग गया क्योंकि बाथू वगैरह भी इत्थे हैगा सारा कुछ, ये साग तोड़न दे ने कहानियां सुनाउणियां हैं, बातां पाउणियां, दादियां भी किसे किसे नसीब हुंदियां। साडी दादी यार सच्ची यार, एक ना दादी की वीडियो बनाई, दादी कहती वेख्या करोगे, लास्ट विआह सी दादी दादे कहती पुत वेख्या करोगे वीडियो, याद कराया करोगे नाले मैं, बाकी वह गल सच्ची है यार, पता हों उम्र के हिसाब न हरेक कुछ पता लग जाता। हाँ जी, फिर अपनी डिग्गी हो गई है फुल, साग एप्पल बाथू वगैरह सारा कुछ आप हरिया सब्जियां लै लिया, तो हूँ आप चलते हैं। अज तो कल नहीं तरी चुका साग, साग कड़ा बकरा तरीदा। तो जो चैनल वधिया लग्या तो मेरा चैनल लाइक कर दिओ, सबसक्राइब कर दिओ, वीडियो शेयर कर दिओ।